ਬਾਬਾ ਅੰਕੁਰ ਨਿਰੂਲਾ ਐਮੀ ਵਿਰਕ ਵਰਗੇ ਬੰਦੇ ਇਹਨੂੰ ਛੁਪਾ ਰਹੇ ਆ। ਠੀਕ ਹੈ, ਇਹਨਾਂ ਦੀ ਕੁਲਰ ਪੀਜ਼ਾ ਵਾਲੇ ਦੀ ਜਿਹੜੀ ਮਦਰ ਆ, ਉਹਨਾਂ ਦਾ ਬਿਆਨ ਹੈ ਕਿ 70% ਔਰਤਾਂ ਇਹ ਕੰਮ ਆਪਣੇ ਪਤੀ ਨਾਲ ਕਰਦੀ। ਮੈਂ ਪੁੱਛਦੀ ਹਾਂ, 70% ਔਰਤ ਤੁਸੀਂ ਵੀ ਇੱਥੇ ਵਿਆਹੇ ਹੋਣੇ, ਉਹ ਤੁਹਾਡੇ ਨਾਲ ਇੱਦਾਂ ਹੀ ਇਸੇ ਜ਼ੁਬਾਨ ਨਾਲ ਗੱਲਾਂ ਕਰਦੀ ਹੈ? ਗੱਲ ਸੁਣੋ, ਤੁਹਾਡੇ ਕੋਲ ਹੋਣੀ ਵੀਡੀਓ, ਉਹ ਵੀਡੀਓ ਚ ਉਸ ਭੈਣ ਦੀ ਗੱਲ ਸੁਣੋ, ਕੁੱਲਣ ਪੀਜ਼ਾ ਵਾਲੀ ਦੀ, ਗੁਰਪ੍ਰੀਤ ਕੌਰ ਕਰਕੇ ਜਿਹੜੀ ਭੈਣ ਆ, ਉਹਨਾਂ ਦੀ ਆਵਾਜ਼ ਸੁਣਾਈ ਸਮਝੋ, ਉਹਦਾਂ ਦੀ ਲਫ਼ਜ਼ਾਂ ਤੁਹਾਡੀਆਂ ਜਨਾਨੀਆਂ ਯੂਜ਼ ਕਰਦੀਆਂ। ਇਸ ਵੇਲੇ ਦੀ ਅਹਿਮ ਖਬਰ, ਜਲੰਧਰ ਵਾਲੇ ਕੁੱਲੜ ਪੀਜ਼ਾ ਕਪਲ ਨਾਲ ਜੁੜੀ ਹੋਈ ਹੈ। ਜੀ ਹਾਂ, ਕੁੱਲੜ ਪੀਜ਼ਾ ਕਪਲ ਦੀਆਂ ਮੁਸ਼ਕਲਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ਹੁਣ ਇੱਕ ਮਹਿਲਾ ਵੱਲੋਂ ਕੁੱਲੜ ਪੀਜ਼ਾ ਦਾ ਜੋ ਉਹਨਾਂ ਦਾ ਦੁਕਾਨ ਹੈ ਉਸਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਹੈ, ਤਾਂ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਆ। ਤਾਂ ਇਸ ਦੌਰਾਨ ਮਹਿਲਾ ਵੱਲੋਂ ਪੰਜਾਬੀ ਗਾਇਕ ਐਮੀ ਵਿਰਕ, ਅੰਕੁਰ ਨਰੂਲਾ ਅਤੇ ਹੋਰਨਾਂ ਅਤੇ ਉਸ ਜੋ ਕਪਲ ਹੈ ਉਹਨੂੰ ਸ਼ਹਿ ਦੇਣ ਦੇ ਇਲਜ਼ਾਮ ਲਗਾਏ ਗਏ ਨੇ। ਤਾਂ ਕੀ ਕੁਝ ਕਹਿਣਾ ਉਸ ਮਹਿਲਾ ਦਾ, ਤੁਸੀਂ ਖੁਦ ਸੁਣੋ। ਤੁਹਾਡੇ ਸਾਹਮਣੇ ਆ, ਠੀਕ ਹੈ, ਇਹ ਉਹ ਅਸ਼ਲੀਲ ਕਪਲ ਆ, ਇਹ ਉਹ ਅਸ਼ਲੀਲ ਕਪਲ ਹੈ ਜਿਹਨੂੰ ਸਾਰੀ ਦੁਨੀਆ ਜਾਣਦੀ ਹੈ, ਠੀਕ ਹੈ, ਸਾਰੇ ਬਾਬਾ ਅੰਕੁਰ ਨਿਰੂਲਾ ਐਮੀ ਵਿਰਕ ਵਰਗੇ ਬੰਦੇ ਇਹਨੂੰ ਛੁਪਾ ਰਹੇ ਆ। ਠੀਕ ਹੈ, ਇਹਨਾਂ ਦੀ ਕੁੱਲਣ ਪੀਜ਼ਾ ਵਾਲੇ ਦੀ ਜਿਹੜੀ ਮਦਰ ਆ, ਉਹਨਾਂ ਦਾ ਬਿਆਨ ਹੈ ਕਿ 70% ਔਰਤਾਂ ਇਹ ਕੰਮ ਆਪਣੇ ਪਤੀ ਨਾਲ ਕਰਦੀ। ਮੈਂ ਪੁੱਛਦੀ ਹਾਂ, 70% ਔਰਤ ਤੁਸੀਂ ਵੀ ਇੱਥੇ ਵਿਆਹੇ ਹੋਣੇ, ਉਹ ਤੁਹਾਡੇ ਨਾਲ ਇੱਦਾਂ ਹੀ ਇਸੇ ਜ਼ੁਬਾਨ ਨਾਲ ਗੱਲਾਂ ਕਰਦੀ ਹੈ? ਗੱਲ ਸੁਣੋ, ਤੁਹਾਡੇ ਕੋਲ ਹੋਣੀ ਵੀਡੀਓ, ਉਹ ਵੀਡੀਓ ਚ ਉਸ ਭੈਣ ਦੀ ਗੱਲ ਸੁਣੋ, ਕੁੱਲਣ ਪੀਜ਼ਾ ਵਾਲੀ ਦੀ, ਗੁਰਪ੍ਰੀਤ ਕੌਰ ਕਰਕੇ ਜਿਹੜੀ ਭੈਣ ਆ, ਉਹਨਾਂ ਦੀ ਆਵਾਜ਼ ਸੁਣਾਈ ਸਮਝੋ, ਉਹਦਾਂ ਦੀ ਲਫ਼ਜ਼ਾਂ ਤੁਹਾਡੀ ਜਨਾਨੀਆਂ ਯੂਜ਼ ਕਰਦੀਆਂ, ਪਰ ਉਲਟਾ ਕੁੱਲਣ ਪੀਜ਼ਾ ਵਾਲੇ ਦੀ ਜਿਹੜੀ ਕੀ ਕਹਿੰਦੇ ਉਹਨਾਂ ਦੀ ਜਿਹੜੀ ਮਾਂ ਆ, ਉਹ ਦੱਸ ਰਹੀ ਆ ਕੀ ਕਹਿੰਦੇ ਕਿ ਇਹ ਕੰਮ 70% ਜਨਾਨੀਆਂ ਆਪਣੇ ਘਰ ਚ ਕਰਦੀਆਂ। ਕਿਹੜੇ ਐਂਗਲ ਤੋਂ? ਮੈਂ 15 ਸਾਲ ਦਾ, ਮੇਰਾ ਵਿਆਹ ਮੈਂ ਤਾਂ ਨੀ ਕਦੇ ਕੀਤਾ ਆਪਣੇ ਪਤੀ ਦੇ ਨਾਲ, ਮੈਂ ਕਦੇ ਇੱਥੇ ਸਾਰੇ ਵੀਰ ਭਰਾ ਖੜੇ ਆ, ਉਹਨਾਂ ਨੇ ਤਾਂ ਨੀ ਕਦੇ ਕੀਤਾ ਹੋਣਾ, ਠੀਕ ਹੈ ਨਾ? ਇਸ ਕਰਕੇ ਕੁੜੀਆਂ ਦੇ ਹਿੱਤ ਵਾਸਤੇ ਕੁੜੀਆਂ ਨੂੰ ਇਸ ਤਰ੍ਹਾਂ ਖਤਮ ਨਾ ਕਰੋ, ਕੁੜੀਆਂ ਨੂੰ ਇੱਦਾਂ ਖਤਮ ਨਾ ਕਰੋ। ਔਰ ਇਹਨਾਂ ਨੂੰ ਸਪਾਂਸਰ ਪਤਾ ਕੌਣ ਕਰ ਰਿਹਾ? ਬਾਬਾ ਅੰਕੁਰ ਨਿਰੂਲਾ, ਜਿਹਨੇ ਕਦੇ ਮੈਨੂੰ ਵੀ ਜੇਲ੍ਹ ਪਹੁੰਚਾਇਆ ਸੀ, ਠੀਕ ਹੈ, ਜਿਹਨੇ ਕਦੇ ਮੈਨੂੰ ਜੇਲ੍ਹ ਪਹੁੰਚਾਇਆ ਸੀ 2 ਨਾਜਾਇਜ਼ ਪਰਚਿਆਂ 'ਚ। ਮੈਡਮ ਇੱਕ ਮਿੰਟ, ਤੁਸੀਂ ਕਹਿ ਰਹੇ ਹੋ ਇਸ ਦੇ ਵਿੱਚ ਅੰਕੁਰ ਨਰੂਲਾ ਦਾ ਕੀ ਲੈਣ ਦੇਣ? ਤੁਹਾਨੂੰ ਪਤਾ ਹੀ ਹੈ ਸਪੋਰਟ ਕਿਉਂ ਕਰ ਰਿਹਾ, 7 ਕਰੋੜ ਦੀ ਜਨਤਾ ਲੈ ਕੇ ਬੈਠਾ। ਨਹੀਂ ਮੈਡਮ, ਕਰਨ ਦੇ ਆਪਾਂ ਸਵਾਲ ਕਰਨ ਦੇ ਤੁਹਾਨੂੰ, ਅਸੀਂ ਕਿਉਂ ਸਪੋਰਟ ਕਰੀਏ? ਮੈਂ ਜਵਾਬ ਦੇ ਰਹੀ ਭਾਜੀ। ਹਾਂਜੀ, ਜਵਾਬ ਦੇ ਦਿਓ ਤੁਸੀਂ। ਮੈਂ ਉਹੀ ਮੈਂ ਕਿ 7 ਕਰੋੜ ਜਨਤਾ ਸਪੋਰਟ ਕਰ ਰਹੀ ਹੈ ਜੀ। 7 ਕਰੋੜ ਜਨਤਾ ਦਾ ਮਾਲਿਕ ਪਤਾ ਕੌਣ ਹੈ? ਮੇਰੀ FIR 'ਚ ਮੈਂ ਪੜਾ ਦਿੰਦੀ ਭਾਜੀ, ਪੜੋ ਉਹਦੇ 'ਚ ਕੀ ਲਿਖਿਆ। 7 ਕਰੋੜ ਜਨਤਾ ਦਾ ਠੇਕੇਦਾਰ ਬਾਬਾ ਅੰਕੁਰ ਨਿਰੂਲਾ, ਉਹ ਇਸ ਤਰ੍ਹਾਂ ਦੇ ਲੋਕਾਂ ਨੂੰ ਕਹਿੰਦਾ ਹੈ ਕਿ ਮੈਂ ਸਪੋਰਟ ਕਰਦਾ। ਮੈਂ ਪੁੱਛਦੀ ਹਾਂ, ਇਹਨਾਂ ਦੀ ਜਿਹੜੀ ਮਾਂ ਆ, ਠੀਕ ਹੈ, ਸਹਿਜ ਅਰੋੜਾ ਤੇ ਉਹਦੀ ਜਿਹੜੀ ਵਾਈਫ ਹੈ ਗੁਰਪ੍ਰੀਤ ਕੌਰ, ਇਹਨਾਂ ਦੀ ਮਾਂ ਦੇ ਬਿਆਨ ਹੈ, ਕੱਲ ਦੀ ਵੀਡੀਓ ਦੇਖੋ, ਉਹਦੇ 'ਚ ਕਹਿ ਰਹੇ 70% ਔਰਤਾਂ ਇੱਦਾਂ ਦਾ ਕੁਕਰਮ ਕਰ ਸਕਦੀਆਂ। ਮੈਂ ਕਹਿੰਦੀ ਕਿਹੜੀ ਔਰਤ ਆ, 70% ਔਰਤ ਇੱਦਾਂ ਦਾ ਕੰਮ ਨਹੀਂ ਕਰ ਸਕਦੀ। ਤੁਸੀਂ ਵੀਡੀਓ ਤਾਂ ਪ੍ਰਦਰਸ਼ਨਕਾਰੀ ਮਹਿਲਾ ਵੱਲੋਂ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਨੇ ਉਸ ਪਰਿਵਾਰ ਤੇ ਜੋ ਪਹਿਲਾਂ ਹੀ ਇੱਕ ਚਿੰਤਾ ਦੇ ਵਿੱਚ ਹੈ, ਜੋ ਪਹਿਲਾਂ ਹੀ ਡਿਪਰੈਸ਼ਨ ਦੇ ਵਿੱਚ ਹੈ, ਉਸ ਤੇ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਨੇ। ਤਾਂ ਮਹਿਲਾ ਵੱਲੋਂ ਪ੍ਰਦਰਸ਼ਨ ਕਰਦਿਆਂ ਜੋ ਉਹਨਾਂ 'ਤੇ ਸਵਾਲ ਚੁੱਕੇ ਗਏ ਨੇ ਕਿ 70% ਮਹਿਲਾਵਾਂ ਬਾਰੇ ਜੋ ਉਹਨਾਂ ਦੇ ਪਰਿਵਾਰ ਵੱਲੋਂ ਬਿਆਨ ਦਿੱਤਾ ਗਿਆ ਹੈ ਉਹ ਸਰਾਸਰ ਗਲਤ ਹੈ।